ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਦੇ ਆਦੇਸ਼ਾਂ ਤੇ ਪੁਲਿਸ ਨੇ ਸ਼ਹਿਰ ਤੋਂ ਦੂਰ ਇੱਕ ਪਿੰਡ ਦੇ ਵਿੱਚ ਬੰਬ ਡਿਸਪੋਜ਼ਲ ਮੌਕ ਡ੍ਰਿਲ ਕਰਨ ਦਾ ਅਭਿਆਸ ਕੀਤਾ। ਉੱਥੇ ਹੀ ਪੁਲਿਸ ਦੇ ਸਾਰੇ ਅਧਿਕਾਰੀ ਤੇ ਵੱਡੀ ਸੰਖਿਆ 'ਚ ਪੁਲਿਸ ਮੁਲਾਜ਼ਮ ਇਸ ਮੌਕ ਡ੍ਰਿਲ ਦੇ ਸਮੇਂ ਮੌਜੂਦ ਰਹੇ ਤੇ ਬੰਬ ਡਿਸਪੋਜ਼ਲ ਮੌਕ ਡ੍ਰਿਲ ਤੋਂ ਲੋਕਾਂ ਨੂੰ ਜਾਗਰੂਕ ਕਰਨ ਦੀ ਵੀ ਕੋਸ਼ਿਸ਼ ਕੀਤੀ। ਇਹ ਮੌਕ ਡ੍ਰਿਲ ਜਲੰਧਰ ਦੇ ਪਿੰਡ ਜੋਹਲਾ 'ਚ ਕੀਤੀ ਗਈ ਹੈ। ਜਲੰਧਰ ਦਿਹਾਤੀ ਪੁਲਿਸ ਦੇ SP ਅੰਕੁਰ ਗੁਪਤਾ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ DGP ਗੌਰਵ ਯਾਦਵ ਦੇ ਆਦੇਸ਼ਾਂ ਤੇ ਬੰਬ ਡਿਸਪੋਜ਼ਲ ਮੌਕ ਡ੍ਰਿਲ ਦਾ ਅਭਿਆਸ ਕੀਤਾ ਗਿਆ ਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੇ ਤੁਹਾਡੇ ਆਲੇ ਦੁਆਲੇ ਵੀ ਕੋਈ ਲਾਵਾਰਿਸ ਵਸਤੂ ਮਿਲਦੀ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਪੰਜਾਬ ਸਪੈਸ਼ਲ DGP ਲੋ ਐਂਡ ਆਰਡਰ ਅਤੇ DIG ਜਲੰਧਰ ਰੇਂਜ ਦੇ ਹੁਕਮਾਂ ਅਨੁਸਾਰ ਅੱਜ ਜਲੰਧਰ ਰੂਰਲ ਪੁਲਿਸ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ ਅਸੀਂ ਇੱਕ ਬੌਂਬ ਡਿਸਪੋਜ਼ਲ ਜਿਹੜੀ ਉਹਦੀ ਮੌਕ ਡ੍ਰਿਲ ਕੀਤੀ ਗਈ ਹੈ। ਇਹਦਾ ਮੁੱਖ ਮਕਸਦ ਇਹ ਸੀਗਾ ਕਿ ਜੇ ਕੋਈ ਇਸ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ ਕਿਤੇ ਵੀ ਜ਼ਿਲ੍ਹੇ ਦੇ ਵਿੱਚ ਮਿਲਦੀ ਹੈ, ਕੋਈ ਇਨਫੋਰਮੇਸ਼ਨ ਇਹੋ ਜਿਹੀ ਆਉਂਦੀ ਹੈ ਤਾਂ ਪੁਲਿਸ ਦਾ ਕੀ ਰਿਸਪੋਂਸ ਰਹੂਗਾ ਉਹਨੂੰ ਚੈੱਕ ਕਰਨ ਲਈ ਅਤੇ ਜਿਹੜੀ SOP ਬਣੀ ਹੋਈ ਹੈ ਸ਼ੱਕੀ ਵਸਤੂ ਨੂੰ ਮਿਲ ਕੇ ਅਗਲੀ ਕਾਰਵਾਈ ਕਰਨ ਦੀ, ਉਹਨੂੰ ਚੈੱਕ ਕਰਨ ਲਈ ਅਤੇ ਰਿਸਪੋਂਸ ਟਾਈਮ ਚੈੱਕ ਕਰਨ ਲਈ ਇਹ ਸਾਰੀ ਕਾਰਵਾਈ ਕੀਤੀ ਗਈ। ਕਿੰਨਾ ਸਮਾਂ ਲੱਗਦਾ ਹੈਗਾ ਇਸ ਦੇ ਵਿੱਚ ਜੀ? ਇਹ ਅਸੀਂ ਅੱਜ ਚੈੱਕ ਕੀਤਾ ਜੀ ਜਦੋਂ ਜਿਹੜੀ ਇਹ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਜੋਲਾ ਪਿੰਡ ਦੇ ਵਿੱਚ ਅਸੀਂ ਕੀਤਾ ਅਤੇ ਉੱਥੇ ਜਦੋਂ ਕਾਲਰ ਨੇ ਦੱਸਿਆ ਕਿ ਕੰਟਰੋਲ ਰੂਮ 'ਤੇ ਕਿ ਇਸ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ ਹੈਗੀ ਹੈ, ਇਮੀਡੀਏਟਲੀ ਸਾਰੇ ਆਫਿਸਰ ਸਾਹਿਬਾਨਾਂ ਨੂੰ, ਸਾਰੇ ਸਿਵਲ ਡਿਪਾਰਟਮੈਂਟ ਦੇ ਆਫਿਸ਼ੀਅਲਸ ਨੂੰ ਅਤੇ ਨਾਲ ਹੀ ਜਿਹੜੀ ਸਾਡੀ ਬੌਂਬ ਡਿਸਪੋਜ਼ਲ ਦੀ ਟੀਮ ਹੈਗੀ ਹੈ ਉਹਨੂੰ ਅਸੀਂ ਇੰਟੀਮੇਟ ਕੀਤਾ ਅਤੇ 11 ਮਿੰਟ ਦੇ ਅੰਦਰ ਅੰਦਰ ਜਿਹੜੀ ਸਾਡੀ ਬੌਂਬ ਡਿਸਪੋਜ਼ਲ ਦੀ ਟੀਮ ਸੀ ਉੱਥੇ ਪਹੁੰਚ ਗਈ। ਉਸ ਤੋਂ ਪਹਿਲਾਂ SHO ਸਾਹਿਬ ਦੀ ਟੀਮ ਉੱਥੇ ਮੌਕੇ 'ਤੇ ਪਹੁੰਚ ਗਈ ਸੀ ਵਿਦ ਸੈਂਡ ਬੈਗਸ, ਉਹਨੂੰ ਕਵਰ ਕੀਤਾ ਅਤੇ ਉਹ ਤੋਂ ਬਾਅਦ ਜਿਹੜੀ ਸਾਡੀ ਬੌਂਬ ਡਿਸਪੋਜ਼ਲ ਟੀਮ ਹੈ ਉਹ ਆ ਗਈ। ਉਹਨਾਂ ਨੇ ਜਿਹੜਾ SOP ਬਣਿਆ ਹੋਇਆ ਇਸ ਤਰ੍ਹਾਂ ਦੀ ਸਿਚੁਏਸ਼ਨ ਨੂੰ ਡੀਲ ਕਰਨ ਦੇ ਵਿੱਚ ਉਹ ਕਾਰਵਾਈ ਅਮਲ ਵਿੱਚ ਲਿਆਉਂਦੀ ਗਈ। ਗੱਲ ਕਰੀਏ ਕਿੱਦਾਂ 11 ਮਿੰਟ ਦੇ ਵਿੱਚ ਪਹੁੰਚ ਜਾਂਦੇ ਨੇ, ਆਮ ਜਨਤਾ ਕਿੱਦਾਂ ਮਿਲ ਜਾਂਦੀ ਹੈ ਚੀਜ਼ ਅਤੇ ਉੱਥੇ ਕਿੰਨਾ ਸਮੇਂ ਲੱਗੇਗਾ ਅਤੇ ਬੰਬ ਰੋਡ ਨੂੰ ਕਿੰਨਾ ਸਮੇਂ ਲੱਗੇ? ਇਹ ਡਿਪੈਂਡ ਕਰਦਾ ਜੀ ਵੀ ਜਿਹੜੀ ਜਿੱਥੋਂ ਇਨਫੋਰਮੇਸ਼ਨ ਆਈ ਹੈ ਉਹ ਕਿੰਨੀ ਦੂਰ ਹੈਗੀ ਹੈ ਜਿੱਥੇ ਸਾਡੀ ਟੀਮ ਸਟੇਸ਼ਨਡ ਹੈ। ਸੋ ਜਿਵੇਂ ਅਸੀਂ ਪਤਾਰਾ ਥਾਣੇ ਦੇ ਵਿੱਚ ਜਗ੍ਹਾ ਚੁਣੀ, ਇਹ ਥੋੜ੍ਹੀ ਸਿਟੀ ਦੇ ਨੇੜੇ ਹੈਗੀ ਹੈ ਅਤੇ 11 ਮਿੰਟ 'ਚ ਪਹੁੰਚ ਗਈ। ਵੈਸੇ ਸਭ ਤੋਂ ਪਹਿਲਾਂ ਜਿਹੜਾ ਇਹਦੇ ਵਿੱਚ ਰਿਸਪੋਂਸ ਟਾਈਮ ਹੁੰਦਾ ਹੈ ਉਹ ਥਾਣੇ ਵੱਲੋਂ ਹੁੰਦਾ, ਥਾਣੇ ਵਾਲੇ ਨੇ ਉਹਨਾਂ ਨੂੰ ਕੋਡਨ ਕਰਕੇ ਟ੍ਰੈਫਿਕ ਡਿਵਰਟ ਕਰਕੇ ਉਹਨੂੰ ਸਿਕਿਓਰ ਕਰ ਲੈਣਾ ਹੁੰਦਾ ਪਲੇਸ ਨੂੰ ਅਤੇ ਜਦੋਂ ਬੌਂਬ ਡਿਸਪੋਜ਼ਲ ਟੀਮ ਆਏ ਉਹ ਤੋਂ ਬਾਅਦ ਅਗਲੀ ਕਾਰਵਾਈ ਹੁੰਦੀ ਹੈ। ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ, ਕਿੱਦਾਂ ਸ਼ੱਕੀ ਦੌਰਾਨ ਮਿਲਦੀ ਹੈ, ਕੋਈ ਲੋਕ ਨਹੀਂ ਮੈਸੇਜ ਕਰਦੇ ਉਹਨਾਂ ਨੂੰ ਤੁਹਾਡੇ ਵੱਲੋਂ ਕੀ? ਮੇਰੇ ਵੱਲੋਂ ਜਲੰਧਰ ਰੂਰਲ ਪੁਲਿਸ ਵੱਲੋਂ ਸਾਰੇ ਜਿਹੜੇ ਸਿਟੀਜ਼ਨਸ ਹੈ, ਸਾਰੇ ਜਿਹੜੇ ਜ਼ਿਲ੍ਹੇ ਦੇ ਨਾਗਰਿਕ ਹੈ, ਸਾਰਿਆਂ ਨੂੰ ਇਹੀ ਰਿਕੁਐਸਟ ਹੈ, ਬੇਨਤੀ ਹੈ ਕਿ ਜੇ ਕੋਈ ਇਸ ਤਰ੍ਹਾਂ ਦੀ ਸ਼ੱਕੀ ਵਸਤੂ ਕਿਤੇ ਵੀ ਉਹਨਾਂ ਨੂੰ ਦਿਖਾਈ ਦਿੰਦੀ ਹੈ, ਕਿਤੇ ਵੀ ਮਿਲਦੀ ਹੈ ਤਾਂ ਉਹਨੂੰ ਬਿਨਾਂ ਹੱਥ ਲਗਾਏ ਉਹਨੂੰ ਟੱਚ ਨਹੀਂ ਕਰਨਾ ਅਤੇ ਸਾਨੂੰ ਸਾਡੇ ਕੰਟਰੋਲ ਰੂਮ 'ਤੇ ਨੰਬਰਸ ਜਿਹੜੇ ਹੈਗੇ ਨੇ ਉਹਨਾਂ 'ਤੇ ਸਾਨੂੰ ਇਨਫੋਰਮ ਕਰਨ, 112 'ਤੇ ਕੰਪਲੇਂਟ ਕਾਲ ਕਰ ਸਕਦੇ ਹੈਗੇ ਹੈ। ਇਮੀਡੀਏਟਲੀ ਜਿਹੜੀ ਸਾਡੀ ਟੀਮਸ ਹੈ ਉਹ ਅਸੀਂ ਪ੍ਰੈਸਿੰਗ ਕਰ ਦਾਂਗੇ ਅਤੇ ਮੌਕੇ 'ਤੇ ਜਿਹੜੀ ਵੀ ਕਾਰਵਾਈ ਹੈਗੀ ਉਹ ਅਸੀਂ ਅਮਲ ਵਿੱਚ ਲਿਆਵਾਂਗੇ। ਸਰ ਅਕਸਰ ਦੇਖਿਆ ਜਾਂਦਾ ਪਬਲਿਕ ਕੋਈ ਸ਼ੱਕੀ ਵਸਤੂ ਮਿਲ ਜਾਵੇ, ਕੋਈ ਚੀਜ਼ ਮਿਲ ਜਾਵੇ, ਕੋਈ ਕੁਝ ਨੂੰ ਹੋਮ ਕਰਨ ਡਰਦੀ ਹੈ ਕਿ ਸਾਡਾ ਨਾਮ ਵਿੱਚ ਇਨਫੋਰਮਾ ਹੋ ਜਾਵੇ, ਉਸ ਨੂੰ ਵੀ ਮੈਸੇਜ ਨਾ? ਨਹੀਂ ਬਿਲਕੁਲ ਜੀ, ਜਿਹੜਾ ਇਨਫੋਰਮਰ ਹੈਗਾ ਹਮੇਸ਼ਾ ਭਾਵੇਂ ਉਹ ਕਿਸੇ ਵੀ, ਇਹ ਤਾਂ ਫਿਰ ਵੀ ਸਸਪੀਸ਼ੀਅਸ ਆਰਟੀਕਲ ਦੀ ਆਪਾਂ ਗੱਲ ਕਰ ਰਹੇ ਹਾਂ, ਜੇ ਕਿਸੇ ਵੀ ਹੋਰ ਤਰੀਕੇ ਦੀ ਵੀ ਕੋਈ ਇਨਫੋਰਮੇਸ਼ਨ ਹੈ ਕਦੇ ਵੀ ਇਸ ਤਰ੍ਹਾਂ ਨਹੀਂ ਹੋਊਗਾ ਕਿ ਜਿਹੜਾ ਕਾਲਰ ਹੈ ਉਹਨੂੰ ਕੋਈ ਸਮੱਸਿਆ ਆਵੇ, ਉਹਨੂੰ ਕੋਈ ਕਿਤੇ ਹਰਾਸਮੈਂਟ ਹੋਵੇ। ਅਸੀਂ ਹਮੇਸ਼ਾ ਇਹ ਦੱਸਣਾ ਚਾਹੁੰਦੇ ਹਾਂ ਕਿ ਉਹ ਸਾਡੇ ਇੱਕ ਤਰ੍ਹਾਂ ਸਹਿਯੋਗ ਕਰ ਰਹੇ ਹਨ, ਸਾਡੇ ਮਿੱਤਰ ਹੈਗੇ ਨੇ ਅਤੇ ਜਿਹੜੇ ਹਮੇਸ਼ਾ ਉਹਨਾਂ ਦੀ ਆਇਡੈਂਟੀ ਗੁਪਤ ਰੱਖੀ ਜਾਏਗੀ ਕਿਉਂਕਿ ਇਹ ਪਬਲਿਕ ਗੁੱਡ ਦਾ ਕੰਮ ਹੈਗਾ ਅਤੇ ਜਲੰਧਰ ਰੂਰਲ ਪੁਲਿਸ ਲੋਕਾਂ ਦੀ ਸੇਵਾ ਵਿੱਚ ਹਮੇਸ਼ਾ ਕਮਿਟਡ ਹੈਗੀ ਹੈ। ਥੈਂਕ ਯੂ।